देशों विदेशों के वड्डियां वड्डियां मल्लां मार चुके ने। अक्सर ही असी वेखते हाँ कि हर मुकाम ते जिहड़े पंजाबी ने उह नज़र आउंदे ने। अज तुहानू एक सिख नौजवान नाल तुहाडी मुलाकात कराण जा रहे हाँ, हरप्रीत सिंह पिता। तुहानू दस दईए बीते दिनी थाईलैंड दे विच चैंपियनशिप होई सी, जिस दे विच हरप्रीत सिंह पिता जिहड़े ने स्ट्रोंग मैन दा खिताब हासिल करके आए ने। गलबात करदे हां साडे नाल हरप्रीत सिंह ने। हरप्रीत जी, सब तो पहला अजीत वैब टीवी स्वागत है तुहाडा। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਪ੍ਰੀਤ ਜੀ, ਸ਼ੁਰੂਆਤ ਕਿਵੇਂ ਹੋਈ? ਸਭ ਤੋਂ ਪਹਿਲਾਂ ਤੁਹਾਡੀ ਨਿੱਜੀ ਜ਼ਿੰਦਗੀ ਤੋਂ ਸ਼ੁਰੂਆਤ ਕਰਦੇ ਹਾਂ, ਇਸ ਦੀ ਸ਼ੁਰੂਆਤ ਕਿਵੇਂ ਹੋਈ, ਕਿਵੇਂ ਤੁਹਾਡਾ ਇੰਟਰਸਟ ਬਣਿਆ? ਮੈਂ ਪਹਿਲੇ ਸਪੋਰਟਸ ਸ਼ੁਰੂ ਤੋਂ ਹੀ ਕਰ ਰਿਹਾ, ਬਚਪਨ ਤੋਂ ਹੀ ਸਪੋਰਟਸ ਕਰ ਰਿਹਾ ਸੀਗਾ। ਫਿਰ 2005 ਦੇ ਵਿੱਚ ਮੈਂ ਮਿਸਟਰ ਸਿੰਘ ਦਾ ਟਾਈਟਲ ਜਿੱਤਾ ਸੀ, ਨਾਲ ਬੋਡੀ ਬਿਲਡਿੰਗ ਕਰਦਾ ਸੀ, ਮਾਡਲਿੰਗ। ਫਿਰ ਉਸ ਤੋਂ ਬਾਅਦ ਮੂਵੀਜ਼ ਦੇ ਵਿੱਚ ਕੰਮ ਸ਼ੁਰੂ ਕਰਤਾ। ਫਿਲਮਾਂ 'ਚ ਮੈਂ 32 ਤੋਂ 33 ਫਿਲਮਾਂ 'ਚ ਕੰਮ ਕਰ ਚੁੱਕਿਆ। ਸਲਮਾਨ ਖਾਨ ਜੀ ਨਾਲ ਬੋਡੀਗਾਰਡ ਮੂਵੀ 'ਚ ਵੀ ਕੰਮ ਕੀਤਾ, ਹੋਰ ਵੀ ਬਹੁਤ ਵੱਡੇ ਵੱਡੇ ਐਕਟਰਾਂ ਨਾਲ ਕੰਮ ਕੀਤਾ। ਦਲਜੀਤ ਦੋਸਾਂਝ ਜੀ ਨਾਲ ਲਾਈਨ ਆਫ ਪੰਜਾਬ ਦੇ ਵਿੱਚ ਮੈਂ ਕੰਮ ਕੀਤਾ। ਅਤੇ ਇਵੇਂ ਕਰਦੇ ਕਰਦੇ ਫਿਰ ਬੋਡੀ ਬਿਲਡਿੰਗ ਕਰਨ ਲੱਗ ਗਿਆ। ਬੋਡੀ ਬਿਲਡਿੰਗ 'ਚ ਮੈਂ ਏਸ਼ੀਆ ਦਾ ਟਾਈਟਲ ਜਿੱਤਿਆ 2021 ਦੇ ਵਿੱਚ। ਫਿਰ ਉਸ ਤੋਂ ਬਾਅਦ ਬੋਡੀ ਬਿਲਡਿੰਗ 'ਚ ਥੋੜ੍ਹਾ ਜਿਹਾ ਪਰਹੇਜ਼ ਕਰਨਾ ਪੈਂਦਾ, ਮੈਂ ਥੋੜ੍ਹਾ ਜਿਹਾ ਪਰਹੇਜ਼ ਤੋਂ ਭੱਜਦਾ। ਅਤੇ ਇਸ ਕਰਕੇ ਮੈਂ ਆਪਣੇ ਕੋਚ ਸਾਹਿਬ ਨਾਲ ਗੱਲ ਕੀਤੀ, ਰਾਜੇਸ਼ ਅਰੋੜਾ ਜੀ ਨਾਲ, ਕਿ ਕਿਵੇਂ ਕੀਤਾ ਜਾਵੇ। ਉਹ ਕਹਿੰਦੇ ਤੂੰ ਬਹੁਤ ਹੈਵੀ ਵੇਟ ਚੱਕਦਾ, ਤੇਰੇ ਏਜ ਦੀ ਅਕੋਰਡਿੰਗ ਤੂੰ ਪਾਵਰ ਲਿਫਟਿੰਗ ਦੀ ਤਿਆਰੀ ਕਰ, ਤੂੰ ਜਿੱਤੇਗਾ। ਉਹਨਾਂ ਨੇ ਫਿਰ ਮੈਨੂੰ ਤਿਆਰੀ ਕਰਾਈ, ਤਿਆਰੀ ਕਰਾ ਕੇ ਥਾਈਲੈਂਡ ਦੇ ਵਿੱਚ NBBUI ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਿੰਸ ਉੱਪਲ ਜੀ ਨੇ ਕੰਪੀਟੀਸ਼ਨ ਕਰਾਇਆ, ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ, ਜਿਹਦੇ ਵਿੱਚ ਮੈਂ ਭਾਗ ਲਿੱਤਾ। ਮਾਸਟਰ ਕੈਟਾਗਰੀ ਦੇ ਵਿੱਚ ਮੈਨੇ ਗੋਲਡ ਮੈਡਲ ਜਿੱਤਿਆ ਅਤੇ ਸਟਰੋਂਗ ਮੈਨ ਦਾ ਟਾਈਟਲ ਜਿੱਤਿਆ। ਹਰਪ੍ਰੀਤ ਜੀ, ਉਮਰ ਦੀ ਗੱਲ ਕੀਤੀ ਜਾਵੇ, ਕਿੰਨੀ ਉਮਰ ਕਿੰਨੀ ਆ ਤੁਹਾਡੀ? ਮੇਰੀ 45। 45 ਸਾਲ ਦੀ ਉਮਰ ਦੇ ਵਿੱਚ ਇੰਨੇ ਮੈਡਲ ਤੁਸੀਂ ਜਿੱਤ ਚੁੱਕੇ ਹੋ, ਕਿਵੇਂ ਵੇਖਦੇ ਹੋ? ਕਿਉਂਕਿ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨਾਂ ਨਾਲੋਂ ਕਿਤੇ ਵੱਧ ਮੈਡਲ ਜਿਹੜੇ ਨੇ ਤੁਸੀਂ ਹਾਸਿਲ ਕਰ ਚੁੱਕੇ ਹੋ। ਜਦੋਂ ਤੱਕ ਤੁਹਾਨੂੰ ਕਿਸੇ ਚੀਜ਼ ਦਾ ਸ਼ੌਂਕ ਨਹੀਂ ਹੈ, ਤੁਸੀਂ ਉਹ ਨਹੀਂ ਕਰ ਸਕਦੇ। ਮੈਨੂੰ ਸਪੋਰਟਸ ਦਾ ਸ਼ੁਰੂ ਤੋਂ ਹੀ ਸ਼ੌਂਕ ਸੀਗਾ, ਮਾਡਲਿੰਗ ਦਾ, ਫਿਲਮਾਂ 'ਚ ਕੰਮ ਕਰਨ ਦਾ। ਇਸ ਕਰਕੇ ਮੈਨੂੰ ਸ਼ੌਂਕ ਕਰਕੇ ਕਿ ਮੈਨੂੰ ਸ਼ੌਂਕ ਸੀਗਾ ਕਿ ਮੈਂ ਹਰ ਵਾਰ ਜਦੋਂ ਵੀ ਇੱਕ ਚੈਂਪੀਅਨਸ਼ਿਪ ਲੜਾਂ ਮੈਂ ਫਸਟ ਹੀ ਆਵਾਂ। ਹਰਪ੍ਰੀਤ ਸਿੰਘ ਹੋਣਾ ਦੀ ਜਿਹੜੀ ਟੀਮ ਵੀ ਨਾਲ ਹੈ, ਬੈਂਕੋਕ ਜਿਹੜੀ ਚੈਂਪੀਅਨਸ਼ਿਪ ਹੋਈ ਸੀ ਨਾਲ ਗਏ ਸੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਤੁਹਾਡਾ ਜੀ? ਲਵੀ ਸ਼ਰਮਾ ਜੀ। ਲਵੀ ਜੀ, ਤੁਸੀਂ ਕਿਹੜੀ ਕੈਟਾਗਰੀ 'ਚ ਮੈਡਲ ਹਾਸਿਲ ਕਰਕੇ ਆਏ? ਮਾਡਲਿੰਗ ਵਿੱਚ 2nd ਪਲੇਸ। ਇਸ ਤੋਂ ਪਹਿਲਾਂ ਵੀ ਟੂਰਨਾਮੈਂਟ 'ਚ ਗਏ ਹੋ ਕਿਸੇ? ਮੈਂ ਪਟਿਆਲੇ ਹੋਇਆ ਸੀਗਾ 3-4 ਮਹੀਨੇ ਪਹਿਲਾਂ, ਮਿਸਟਰ ਪੰਜਾਬ ਦਾ ਟਾਈਟਲ ਜਿੱਤਿਆ ਸੀ ਮੈਂ। ਤੁਹਾਡਾ ਕੀ ਨਾਮ ਹੈ? ਮੇਰਾ ਯੁਵਰਾਜ ਸਿੰਘ ਹੈ ਜੀ। ਯੁਵਰਾਜ ਜੀ, ਤੁਹਾਨੂੰ ਵੀ ਗੋਲਡ ਮੈਡਲ ਮਿਲਿਆ, ਅਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ? ਤੁਸੀਂ ਵੀ ਦਸਤਾਰ ਸਜਾਈ ਹੋਈ ਹੈ ਜੀ। ਹਾਂਜੀ, ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਜੀ, ਇਸ ਛੋਟੀ ਉਮਰ 'ਚ ਮੈਨੂੰ ਪਿਤਾ ਜੀ ਨੇ ਵਰਲਡ ਚੈਂਪੀਅਨਸ਼ਿਪ 'ਚ ਖੜਾਤਾ ਅਤੇ ਮੈਨੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਵੀ ਗੋਲਡ ਮੈਡਲ ਲੈ ਚੁੱਕੇ ਹੋ? ਹਾਂਜੀ, ਜ਼ੋਰ ਪੰਜਾਬ 'ਚ ਪਿਤਾ ਭਾਅ ਜੀ ਤੋਂ ਔਰਗਨਾਈਜ਼ ਕਰਾਇਆ ਹੋਇਆ, ਉਹ 'ਚ ਮੈਂ ਸਭ ਜੂਨੀਅਰ 'ਚ ਗੋਲਡ ਮੈਡਲ ਲਿੱਤਾ ਸੀ। ਕਿੰਨਾ ਕੁ ਪ੍ਰਾਊਡ ਮਹਿਸੂਸ ਹੁੰਦਾ ਜਦੋਂ ਇਹੋ ਜਿਹਾ ਖਿਤਾਬ ਮਿਲਦਾ, ਗੋਲਡ ਮੈਡਲ ਤੁਸੀਂ ਹਾਸਿਲ ਕੀਤਾ? ਉਸ ਵੇਲੇ ਕਿੱਦਾਂ ਦਾ ਮਾਹੌਲ ਸੀ, ਕਿੱਦਾਂ ਦਾ ਫੀਲ ਕਰ ਰਹੇ ਸੀ? ਬਹੁਤ ਵਧੀਆ ਮਹਿਸੂਸ ਕੀਤਾ ਜੀ ਮੈਂ ਉੱਥੇ ਜਾ ਕੇ, ਸਭ ਤੋਂ ਜ਼ਿਆਦਾ ਵਧੀਆ ਮੈਨੂੰ ਮਹਿਸੂਸ ਹੋਇਆ, ਅਤੇ ਇੰਡੀਆ ਨੂੰ ਪ੍ਰਮੋਟ ਕਰਦੇ ਹੋਏ ਮੈਨੂੰ ਵਧੀਆ ਲੱਗਿਆ ਜੀ, ਸਿੱਖੀ ਨੂੰ ਵੀ। ਅੱਗੇ ਕੀ ਫਿਊਚਰ ਪਲੈਨ ਕੀ ਨੇ ਤੁਹਾਡੇ? ਫਿਊਚਰ ਪਲੈਨ ਹੈ ਜੀ, ਮੈਂ ਇਸ ਤੋਂ ਵੀ ਜਾ ਕੇ ਹੋਰ ਅੱਗੇ ਵਧਾ, ਵਿਦੇਸ਼ਾਂ 'ਚ ਖੇਡਾਂ, ਮੈਂ ਗੋਲਡ ਮੈਡਲ ਪ੍ਰਾਪਤ ਕਰਕੇ ਆਵਾਂ ਜੀ। ਹਰਪ੍ਰੀਤ ਸਿੰਘ ਜਿਹੜੇ ਕਿ ਸਟਰੋਂਗ ਮੈਨ ਦਾ ਜਿਹੜਾ ਖਿਤਾਬ ਹੈ ਉਹ ਜਿੱਤ ਚੁੱਕੇ ਨੇ, ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਗੁਰੇਜ਼ ਕਰੇ ਅਤੇ ਆਪਣੀ ਸਿਹਤ ਵੱਲ ਧਿਆਨ ਦੇਵੇ, ਜਿੰਮ ਲਗਾਏ ਜਾਂ ਆਪਣੀ ਸਿਹਤ ਹੈ ਜਿਹੜੀ ਉਸਨੂੰ ਮਜ਼ਬੂਤ ਕਰੇ, ਤਾਂ ਕਿ ਜਿਹੜੇ ਖੇਡ ਨੇ ਉਹਨਾਂ ਵੱਲ ਉਹਨਾਂ ਦੀ ਰੁਚੀ ਬਣ ਸਕੇ। ਕੈਮਰਾ ਪਰਸਨ ਵਰੁਣ ਦੇ ਨਾਲ ਅਮਨਦੀਪ ਸਿੰਘ, ਅਜੀਤ ਵੈਬ ਟੀਵੀ, ਪਟਿਆਲਾ।